90% ਐਸਾ ਹੋ ਗਿਆ ਕਿ ਜਿਹੜੇ ਆਪਣਾ ਸਵਾਰਥ ਦੇਖਦੇ ਆ, ਟਿਕਟ ਨਹੀਂ ਮਿਲੀ ਉੱਧਰੋਂ ਤਾਂ ਉੱਧਰ ਚਲੇ ਗਏ, ਉੱਧਰੋਂ ਨਹੀਂ ਮਿਲੀ ਤਾਂ ਉੱਧਰ ਚਲੇ ਗਏ, ਉਹ ਠੀਕ ਨਹੀਂ ਹੈ। ਪੁਰਾਣਾ ਪਿਆਰ ਸੀ, ਗੱਠਜੋੜ, 9 ਮਾਸ ਦਾ ਰਿਸ਼ਤਾ, ਤੁਸੀਂ 9 ਪੋਤੀ ਲਿਆਏ ਅਤੇ ਮੈਂ ਹੁਣ ਮਲੂਕਾ ਸਾਹਿਬ ਨੂੰ ਵੀ ਪ੍ਰਾਰਥਨਾ ਕਰੂੰਗਾ ਵੀ ਤੁਸੀਂ ਵੀ ਆ ਜਾਓ ਹੁਣ ਕਾਹਦੇ ਲਈ, ਕਿਉਂਕਿ ਦੇਸ਼ ਭਗਤੀ ਦਾ ਕੰਮ ਤਾਂ ਇੱਥੇ ਆ, ਉੱਥੇ ਪਰਿਵਾਰ ਦੀ ਸੇਵਾ। 400 ਸੀਟਾਂ ਤੁਸੀਂ ਗੱਲ ਕਰਦੇ ਹੋ, ਮੈਂ ਕੁਝ ਦਿਨ ਪਹਿਲਾਂ ਚੰਦੂ ਮਾਇਰਾ ਹੋਰਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ 400 ਭੁਲੇਖਾ ਕੱਢ ਦੇਣ, ਸਾਡੇ ਸਮਰਥਨ ਬਿਨਾਂ ਸਰਕਾਰ ਨਹੀਂ ਬਣਨੀ ਤੁਹਾਡੀ। ਗਰੇਵਾਲ ਸਾਹਿਬ, ਪੁਰਾਣਾ ਪਿਆਰ ਸੀ, ਗੱਠਜੋੜ, 9 ਮਾਸ ਦਾ ਰਿਸ਼ਤਾ, ਤੁਸੀਂ 9 ਪੋਤੀ ਲਿਆਏ। ਗੱਲ ਇਹ ਹੈਗੀ ਹੈ ਕਿ ਜੇ ਕੋਈ ਆਵੇ ਤਾਂ ਅਸੀਂ ਕਿਸ ਤਰ੍ਹਾਂ ਸਵਾਗਤ ਨਾ ਕਰੀਏ। ਅਸੀਂ ਤਾਂ 2 ਹੀ ਚੀਜ਼ਾਂ ਕਹਿੰਦੇ ਹਾਂ ਕਿ ਜਿਹੜਾ ਨਰਿੰਦਰ ਮੋਦੀ ਨੂੰ ਆਪਣਾ ਲੀਡਰ ਮੰਨੇ, ਸਾਡੇ ਲੀਡਰ ਨੂੰ ਮੰਨ ਕੇ ਆਵੇ, ਔਰ ਜਿਹੜਾ ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਜੋ ਜੁਗਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਦਿੱਤੀ ਉਹਨੂੰ ਮੰਨਦਾ ਹੋਵੇ, ਉਹ ਆ ਸਕਦਾ ਸਾਡੇ 'ਚ, ਅਸੀਂ ਸਵਾਗਤ ਕਰਦੇ ਹਾਂ, ਸ਼ਾਮਿਲ ਹੋਵੇ ਅਤੇ ਮਾਨ ਸਨਮਾਨ ਵੀ ਜਿਹੋ ਜਿਹਾ ਹੋਏਗਾ, ਕੋਈ ਅਧਿਕਾਰੀ ਹੋਏਗਾ ਜਿਸ ਚੀਜ਼ ਦਾ, ਉਹ ਜ਼ਰੂਰ ਮਿਲੇਗਾ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਕਿ ਪੋਲੀਟੀਕਲ ਪਾਰਟੀਆਂ 'ਚ ਜਿਹੜੀਆਂ ਡਿਫੈਕਸ਼ਨਸ ਨੇ, ਇਹ ਵਿਚਾਰਧਾਰਕ ਹੋਣ ਤਾਂ ਅੱਛੀ ਗੱਲ ਆ, ਜੇ ਸਵਾਰਥ ਦੇ ਲਈ ਹੋਣ, ਜਦੋਂ ਸਵਾਰਥ ਪੂਰਾ ਨਹੀਂ ਹੁੰਦਾ ਫਿਰ ਵਿਅਕਤੀ ਛੱਡਦਾ, ਉਹ ਨਹੀਂ ਹੋਣਾ ਚਾਹੀਦਾ। ਇਹ ਰਾਜਨੀਤਿਕ ਟ੍ਰੈਂਡ ਸਾਡੇ ਮੁਲਕ ਦੇ ਅੰਦਰ 90% ਐਸਾ ਹੋ ਗਿਆ ਕਿ ਜਿਹੜੇ ਆਪਣਾ ਸਵਾਰਥ ਦੇਖਦੇ ਆ, ਟਿਕਟ ਨਹੀਂ ਮਿਲੀ ਉੱਧਰੋਂ ਤਾਂ ਉੱਧਰ ਚਲੇ ਗਏ, ਉੱਧਰੋਂ ਨਹੀਂ ਮਿਲੀ ਤਾਂ ਉੱਧਰ ਚਲੇ ਗਏ, ਉਹ ਠੀਕ ਨਹੀਂ ਹੈ। ਗਰੇਵਾਲ ਸਾਹਿਬ, ਪਿਛਲੇ ਕੁਝ ਦਿਨਾਂ ਤੋਂ ਜਦੋਂ ਚਰਚਾ ਚੱਲ ਰਹੀ ਸੀ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਕਿਉਂਕਿ IAS ਸੀਗੇ ਉਹ, ਤਾਂ ਉਦੋਂ ਤੋਂ ਚਰਚਾਵਾਂ ਚੱਲ ਰਹੀਆਂ ਸੀ, ਪਰ ਅਕਾਲੀ ਦਲ ਦੇ ਆਗੂ ਸਾਫ਼ ਤੌਰ 'ਤੇ ਡਿਨਾਈ ਕਰਦੇ ਆਏ ਸੀ, ਉਹ ਕਹਿੰਦੇ ਵੀ ਨਾ ਨਾ ਐਸੀ ਕੋਈ ਗੱਲਬਾਤ ਨਹੀਂ ਹੈ। ਉਹ ਤਾਂ ਹਰ ਕੋਈ ਕਰਦਾ ਰਹਿੰਦਾ, ਰਾਜਨੀਤੀ ਹੈ ਅਤੇ ਉਹ ਕੋਈ ਗੱਲ ਨਹੀਂ ਹੈ। ਅਤੇ ਉਹਨਾਂ ਨੇ ਕੋਈ ਪਹਿਲਾਂ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ ਸੀ, ਉਹ ਤਾਂ ਐਡਮਿਨਿਸਟ੍ਰੇਟਿਵ ਸਰਵਿਸ 'ਚ ਸੀ। ਅੱਛਾ, ਪਤਨੀ ਦੇ ਨਾਲ ਪਤੀ ਨੇ ਆਉਣਾ ਹੀ ਹੁੰਦਾ, ਅਤੇ ਮੈਂ ਹੁਣ ਮਲੂਕਾ ਸਾਹਿਬ ਨੂੰ ਵੀ ਪ੍ਰਾਰਥਨਾ ਕਰੂੰਗਾ ਵੀ ਤੁਸੀਂ ਵੀ ਆ ਜਾਓ ਹੁਣ ਕਾਹਦੇ ਲਈ, ਕਿਉਂਕਿ ਦੇਸ਼ ਭਗਤੀ ਦਾ ਕੰਮ ਤਾਂ ਇੱਥੇ ਆ, ਉੱਥੇ ਪਰਿਵਾਰ ਦੀ ਸੇਵਾ। ਅਤੇ ਹੁਣ ਉਹਨਾਂ ਨੇ ਫੈਸਲਾ ਕਰਨਾ, ਪਹਿਲਾਂ ਅਕਾਲੀ ਦਲ 'ਚ ਜਿਹੜਾ ਸੀ ਨਾ, ਤਿਆਗ ਤਪੱਸਿਆ ਦੀ ਪਾਰਟੀ ਸੀ ਔਰ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਸੀ, ਪੰਜਾਬ ਦੇ ਹਿੱਤਾਂ ਲਈ, ਦੇਸ਼ ਦੇ ਹਿੱਤਾਂ ਲਈ ਸੰਘਰਸ਼ ਕਰਦੇ ਸੀ। ਅਤੇ ਹੁਣ ਅਕਾਲੀ ਦਲ ਜਿਹੜਾ ਨਾ, ਇਹ ਪਰਿਵਾਰਕ ਪਾਰਟੀ ਬਣ ਗਿਆ, ਪਰਿਵਾਰ ਬਚਾਉਣ ਦੇ ਲਈ ਯਾਤਰਾ ਸ਼ੁਰੂ ਕਰ ਲਈ, ਅਤੇ ਯਾਤਰਾ ਦਾ ਕੀ ਅਸਰ ਕੀ ਪੈ ਰਿਹਾ ਲੋਕਾਂ 'ਤੇ, ਕੁਛ ਨਹੀਂ। ਪਰ ਉਹ ਕਹਿੰਦੇ ਕਿ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਔਰ ਪੰਜਾਬ ਨੂੰ ਬਚਾਉਣ ਦੀ ਲੋੜ ਆ, ਉਹ ਕਹਿੰਦੇ ਸਾਨੂੰ ਪੂਰਾ ਸਮਰਥਨ ਮਿਲ ਰਿਹਾ। 9 ਤਾਂ ਪੰਜਾਬ ਦਾ ਲੈ ਰਹੇ ਆ, ਹੈ ਆਪਦੇ ਆਪ ਨੂੰ ਬਚਾਉਣ ਦੀ ਕਹਾਣੀ, ਪੰਜਾਬ ਬਚਾਉਣ ਦੀ ਕਹਾਣੀ ਹੋਵੇ ਤਾਂ ਸੇਵਾ ਦੇ ਕੰਮ ਵੀ ਕਰੋ, ਨਾਲ ਨਾਲ ਲੱਗੋ ਨਾ, ਅਤੇ ਉਹਦੇ 'ਚ ਕਿਉਂ ਨਹੀਂ ਲੱਗ ਰਹੇ। ਪੰਜਾਬ ਦੇ ਕਿਸਾਨ ਦੀਆਂ ਸਮੱਸਿਆਵਾਂ ਨੇ, ਬਾਕੀ ਸਮੱਸਿਆਵਾਂ ਨੇ, ਉਹ ਤਾਂ ਸਾਡੇ 'ਚ ਰਹਿ ਕੇ ਜ਼ਿਆਦਾ ਸੇਵਾ ਕਰ ਸਕਦੇ ਸੀ। ਗਰੀਬ ਸਿੰਘ, ਇੱਕ ਪਾਸੇ ਪੰਜਾਬ ਵਿੱਚੋਂ ਯਾਤਰਾ ਚੱਲ ਰਹੀ ਹੈ, ਦੂਜੇ ਪਾਸੇ ਬੰਦੇ ਨਿਕਲਦੇ ਜਾ ਰਹੇ ਆ, ਉਹ ਆਗੂ ਜਿਹੜੇ ਪਹਿਲਾਂ ਨਾਲ ਚੜ੍ਹੇ ਹੁੰਦੇ ਆ, ਉਹ ਪਤਾ ਲੱਗਦਾ ਵੀ ਕੱਲ੍ਹ ਨਾਲ ਚੜ੍ਹੇ ਸੀਗੇ ਅਤੇ ਅਗਲੇ ਦਿਨ ਦੇਖਦੇ ਆ ਵੀ ਪਿਛਲੇ ਪਾਸੇ ਹੈ ਨਹੀਂਗੇ। ਹਾਂ, ਤਾਂ ਫਿਰ ਉਹ ਤਾਂ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਵੀ ਉਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਰਹੀ ਹੈ। ਜਿਹੜੀ ਕ੍ਰੈਡੀਬਿਲਿਟੀ ਹੁੰਦੀ ਸੀ ਨਾ ਸ਼੍ਰੋਮਣੀ ਅਕਾਲੀ ਦਲ ਜਦੋਂ ਸੀ, ਇਹਦੇ ਪ੍ਰਧਾਨ ਹੁੰਦੇ ਸੀ, ਉਹਨਾਂ ਦਾ ਨਾਂ ਲੈਂਦੇ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਿਰ ਝੁਕਦਾ ਸੀ। ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਕਿੰਨਾ ਹੀ ਸ਼ਰਧਾ ਸੀ, ਸੰਤ ਬਾਬਾ ਫਤਿਹ ਸਿੰਘ, ਸੰਤ ਬਾਬਾ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਦੇ, ਬਾਬਾ ਖੜਕ ਸਿੰਘ ਪਹਿਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ, ਅਤੇ ਇਹ ਲੋਕ ਸਤਿਕਾਰ ਦੇ ਕਾਬਲ ਸੀ। ਜਥੇਦਾਰ ਮੋਹਨ ਸਿੰਘ ਤੁੜ, ਹੋਰ ਮੈਂ ਕਿੰਨੇ ਹੀ ਨਾਮ ਲਵਾਂ ਇਹਦੇ 'ਚ। ਅਤੇ ਅੱਜ ਪ੍ਰਧਾਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਹੈ, ਅਕਾਲੀ ਦਲ ਵਾਲਿਆਂ ਨੂੰ ਵਿਸ਼ਵਾਸ ਨਹੀਂ ਹੈ, ਔਰ ਇਹਨਾਂ ਦੇ ਵਲੰਟੀਅਰਾਂ ਨੂੰ ਕੇਜਰੀਵਾਲ ਤੇ ਭਗਵੰਤ ਮਾਨ 'ਚ ਵਿਸ਼ਵਾਸ ਨਹੀਂ ਹੈ। ਸਿਕੰਦਰ ਸਿੰਘ ਮਲੂਕਾ ਆਪਣੇ ਖਾਸ ਮੰਨੇ ਜਾਂਦੇ ਸੀ, ਚਾਹੇ ਅਕਾਲੀ ਦਲ ਦੇ ਮੰਨ ਲਓ, ਚਾਹੇ ਬਾਦਲ ਪਰਿਵਾਰ ਦੀ ਵੀ ਤੁਸੀਂ ਗੱਲ ਕਰ ਲਓ, ਸਿਕੰਦਰ ਸਿੰਘ ਮਲੂਕਾ ਖਾਸ ਮੰਨੇ ਗਏ।
ਇੱਕ ਕੁਝ ਮਹੀਨੇ ਪਹਿਲਾਂ ਵੀ ਇੱਕ ਚਰਚਾਵਾਂ ਚੱਲ ਰਹੀਆਂ ਸੀ, ਕਹਿੰਦੇ ਕਿ ਦਿੱਲੀ ਪਹੁੰਚ ਗਏ ਸੀ, ਉਦੋਂ ਵੀ ਉਹਨਾਂ ਚੀਜ਼ਾਂ ਦਾ ਖੰਡਨ ਹੋਇਆ, ਹਾਲਾਂਕਿ ਚਰਚਾਵਾਂ ਸੀ, ਪਹੁੰਚੇ ਨਹੀਂ ਪਹੁੰਚੇ ਉਹ ਤਾਂ ਜਾਓ ਜਾਣਦੇ ਆ, ਤੁਸੀਂ ਜਾਣਦੇ ਹੋ, ਪਰ ਉਹ ਅਕਾਲੀ ਦਲ ਦਾ ਹਿੱਸਾ ਰਹੇ, ਹੁਣ ਵੀ ਅਕਾਲੀ ਦਲ ਦਾ ਹਿੱਸਾ ਨੇ, ਪਰ ਇਹ ਦੁਬਾਰਾ ਫਿਰ ਤੋਂ ਚਰਚਾ ਚੱਲੀ ਐਸੀ ਕੀ? ਤੁਸੀਂ ਕਹਿੰਦੇ ਆ ਕਿ ਧੂਣਾ ਧੂੜਦੇ ਹੋ ਕਿ ਅਕਾਲੀ ਦਲ ਦੇ ਨਾਲ ਕੱਟੜ ਉਹਨਾਂ ਦੇ ਖਾਸ ਮੰਨੇ ਜਾਣ ਵਾਲੇ ਪਰਿਵਾਰ ਦੇ ਵਿੱਚ ਤੁਸੀਂ ਸੇਧਮਾਰੀ ਕੀਤੀ, ਐਸਾ ਤੁਸੀਂ ਕੀ ਕੀਤਾ ਕਿ ਜੋ ਅਕਾਲੀ ਦਲ ਖਬਰਾਂ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਰੋਕ ਨਹੀਂ ਸਕਿਆ, ਬਚਾ ਨਹੀਂ ਸਕਿਆ? ਦੇਖੋ ਜੋ ਦੇਖੋ ਇਹ ਲੋਕ ਜਿਹੜੇ ਰੁਕਦੇ ਆ ਨਾ ਨਾਲ ਪਾਰਟੀਆਂ 'ਚ, ਇਹ ਤਿਆਗ ਤਪੱਸਿਆ ਨਾਲ ਰੁਕਦੇ ਆ, ਤੁਸੀਂ ਆਪਣੀ ਅੰਪਾਇਰ ਖੜੀ ਕਰੋ ਉਹਦੇ ਨਾਲ ਨਹੀਂ ਰੁਕਦੇ। ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਤਿਆਗ ਤਪੱਸਿਆ ਵਾਲੇ ਸੀ ਵੈਸੇ, ਅਤੇ ਅੱਜ ਉਹ ਲੀਡਰਸ਼ਿਪ ਹੈ ਨਹੀਂ। ਅਤੇ ਮੇਰਾ ਖਿਆਲ ਆ ਵੀ ਅਕਾਲੀ ਦਲ ਬਚੂਗਾ ਹੀ ਤਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇਹਦੇ ਤੋਂ ਅਲੱਗ ਹੋ ਜਾਣਗੇ ਜਾਂ ਖੁਦ ਕਿਸੇ ਨੂੰ ਅੱਗੇ ਲਾ ਲੈਣਗੇ, ਨਹੀਂ ਤਾਂ ਇਹ ਬਚਣਾ ਨਹੀਂ, ਉਹਨਾਂ 'ਚ ਵਿਸ਼ਵਾਸ ਨਹੀਂ ਹੈ। ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਦਾ ਪ੍ਰਧਾਨ ਹੁਣ ਕੌਣ ਹੋਣਾ ਚਾਹੀਦਾ? ਦੇਖੋ ਉਹ ਤਾਂ ਹੁਣ ਉਹ ਦੇਖਣ, ਅਕਾਲੀ ਦਲ ਦਾ ਅੰਦਰੂਨੀ ਮਾਮਲਾ। ਸੁਖਬੀਰ ਸਿੰਘ ਬਾਦਲ ਲਿਆਉਣਾ ਚਾਹੀਦਾ ਤੁਸੀਂ ਕਹਿੰਦੇ? ਨਹੀਂ, ਸੁਖਬੀਰ ਸਿੰਘ ਬਾਦਲ ਨੂੰ ਮੰਨਣ ਨੂੰ ਤਿਆਰ ਨਹੀਂ, ਲੋਕ ਬੜੇ ਬੜੇ ਸੀਨੀਅਰ ਲੀਡਰ ਹੋਰ ਵੀ ਛੱਡ ਕੇ ਜਾਣ ਨੂੰ ਤਿਆਰ ਨੇ, ਦੁਖੀ ਨੇ ਉਹ। ਸਰਦਾਰ ਤਾਂ ਜੇ ਨਵੇਂ ਨਵੇਂ ਵਾਪਸ ਆਏ ਆ। ਨਹੀਂ ਉਹ ਵਾਪਸ ਚਲੋ ਵਿਚਾਰੇ ਚਲੇ ਗਏ, ਹੈਲਥ ਵੀ ਉਹਨਾਂ ਦੀ ਠੀਕ ਨਹੀਂ ਹੈ, ਮੈਂ ਤਾਂ ਉਹਨਾਂ ਦਾ ਬੜਾ ਸਤਿਕਾਰ ਕਰਦਾ। ਦੂਜਾ ਬੇਟਾ ਜਿਹੜਾ ਉਹ ਲੈ ਗਿਆ, ਪਤਾ ਨਹੀਂ ਉਹਦੀ ਸੋਚ ਸੀਗੀ। ਇੱਕ ਚੀਜ਼ ਹੋਰ ਸਮਝਣੀ ਚਾਹੂੰਗਾ, ਬੀਜੇਪੀ ਦੇ ਜਿਹੜੇ ਆਗੂ ਨੇ ਜਦੋਂ ਪ੍ਰਚਾਰ ਕਰਨ ਲਈ ਜਾ ਰਹੇ ਨੇ, ਭਲਾ ਪੰਜਾਬ ਭਲਾ ਹਰਿਆਣਾ, ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਐਸੇ ਵਿਰੋਧ ਦੇ ਮਾਹੌਲ ਦੇ ਦੌਰਾਨ ਐਸੀ ਕੀ ਕਹਾਣੀ ਪਈ ਕਿ ਮਲੂਕਾ ਸਾਹਿਬ ਦੇ ਨੌਂ ਪੁੱਤਰ ਤੁਹਾਡੇ 'ਚ ਆ ਕੇ ਸ਼ਾਮਿਲ ਹੋ ਗਏ? ਨਹੀਂ, ਵਿਰੋਧ ਉਹ ਕੋਈ ਸਾਡਾ ਵਿਰੋਧ ਨਹੀਂ ਹੈ, ਮਜ਼ਬੂਤ ਵਿਰੋਧ ਨਹੀਂ ਹੈ। ਉਹ ਜੇ ਤਾਂ ਹੋਵੇ ਕਿਸਾਨ ਹਿੱਤ ਦਾ ਵਿਰੋਧ, ਫਿਰ ਤਾਂ ਉਹਦਾ ਉਹ ਪ੍ਰਭਾਵ ਪੈਂਦਾ। ਇਹ ਕਿਸਾਨ ਹਿੱਤ ਦਾ ਨਹੀਂ, ਇਹ ਜਥੇਬੰਦੀਆਂ ਦੇ ਆਪਣੇ ਹਿੱਤ ਨੇ, ਰਾਜਸੀ ਹਿੱਤ ਜਿਹੜੇ ਸਾਧਦੇ ਆ ਉਹ, ਅਤੇ ਇਸ ਕਰਕੇ ਕਿਸਾਨ ਹਿੱਤ ਦੀਆਂ ਤਾਂ ਸਾਰੀਆਂ ਗੱਲਾਂ ਮੈਂ ਅਸੀਂ ਇਹਨਾਂ ਨੂੰ ਦਾਅਵੇ ਨਾਲ ਕਹਿੰਦੇ ਹਾਂ ਕਿ ਸਰਕਾਰ ਆਉਣੀ ਹੈ ਸਾਡੀ, ਅਤੇ ਇਸ ਵੇਲੇ ਤਾਂ ਕੁਛ ਕਰ ਹੀ ਨਹੀਂ ਸਕਦੇ, ਇਲੈਕਸ਼ਨ ਕਮਿਸ਼ਨ ਦੀ ਸਰਕਾਰ ਹੈ। ਅਤੇ ਪ੍ਰਧਾਨ ਮੰਤਰੀ ਜੀ ਐਡਰੈਸ ਕਰਨਗੇ ਜੇ ਕੋਈ ਹੋਰ ਇਹਨਾਂ ਦੀ ਮੰਗ ਹੋਏਗੀ, ਪਰ ਇਹਨਾਂ ਦੀ ਮੰਗ ਤਾਂ ਆਪਣੇ ਹੁਣ ਲੱਖੋਵਾਲ ਨੂੰ ਪੁੱਛੋ, ਉਹ ਕਹਿੰਦਾ ਮੈਂ ਤਾਂ ਅਕਾਲੀ ਦਲ ਦੀ ਮਦਦ ਕਰਨੀ ਹੈ, ਅਕਾਲੀ ਦਲ ਦੇ ਮੈਂਬਰ ਨੇ ਉਹ। ਔਰ ਇਸੇ ਤਰ੍ਹਾਂ ਡੱਲੇਵਾਲ, ਉਹਦੀ ਅਲੱਗ ਵਿਚਾਰਧਾਰਾ, ਆਪਣੇ ਉਗਰਾਹਾਂ ਦੀ ਅਲੱਗ ਆ। ਅਤੇ ਇਸ ਕਰਕੇ ਇਹ ਜਿਹੜੇ ਕਾਮਰੇਡ ਵੀ ਵਿੱਚ, ਉਹਨਾਂ ਨੂੰ ਤਾਂ ਮੌਕਾ ਮਿਲਣਾ ਚਾਹੀਦਾ। ਆ ਰਾਜਪੁਰੇ 'ਚ ਕਮਿਊਨਿਸਟ ਆ ਗਏ ਸੀ ਇੱਕ ਵਾਰੀ, ਤੁਹਾਨੂੰ ਪਤਾ ਇੱਥੇ ਕਿੰਨੀ ਇੰਡਸਟਰੀ ਹੁੰਦੀ ਸੀ? ਜਦੋਂ ਤੱਕ ਮੇਰੇ ਵੀਰਾਂ ਨੇ ਉਦੋਂ ਤੱਕ ਝੰਡਾ ਨਹੀਂ ਪੱਟਿਆ ਉੱਥੋਂ, ਜਦੋਂ ਤੱਕ ਸਾਰੀ ਇੰਡਸਟਰੀ ਨਹੀਂ ਤੋੜਤੀ। ਇਹ ਤਾਂ ਜਿੱਥੇ ਝੰਡਾ ਲਾ ਦੇਣ ਉੱਥੇ ਖਤਮ ਕਰਕੇ ਜਾਂਦੇ ਆ। ਤਾਂ ਇਹ ਹੁਣ ਕਿਸਾਨਾਂ 'ਤੇ ਬੈਠ ਗਏ ਨੇ। ਕਿਸਾਨਾਂ ਨੂੰ ਮੈਂ ਕਹਿਣਾ ਕਿ ਇਹਨਾਂ ਜਥੇਬੰਦੀਆਂ ਤੋਂ ਛੁਟਕਾਰਾ ਪਾ ਲਓ, ਸਾਰਾ ਕੁਛ ਪੰਜਾਬ ਸ਼ਾਂਤ ਹੋ ਜੂ, ਭਲਾ ਹੋ ਜੂ। ਹੁਣ ਪੰਜਾਬ 'ਚ ਤੁਸੀਂ ਦੇਖੋ ਇਨਵੈਸਟਮੈਂਟ ਨਹੀਂ ਆ ਰਹੀ ਹੈ, ਪੰਜਾਬ ਦੇ ਹਰ ਮਸਲੇ 'ਚ ਇਹ ਰੌਲਾ ਪਾਉਂਦੇ ਆ। ਗ੍ਰਿਵਲ ਸਾਹਿਬ, ਆਪਾਂ ਸਿਆਸਤ ਵਾਲੇ ਪਾਸੇ ਰਹੀਏ, ਮਲੂਕਾ ਸਾਹਿਬ ਦੀ ਨੌਂ ਪੁੱਤ ਜਿਹੜੇ ਸ਼ਾਮਿਲ ਹੋਏ ਨੇ, ਤਾਂ ਉਹਨਾਂ ਦੀ ਨੌਂ ਨੂੰ ਇਹ ਵੀ ਚਰਚਾ ਬਣ ਕੇ ਬਠਿੰਡਾ ਤੋਂ ਬੀਜੇਪੀ ਚੋਣ ਲੜਾਉਣ ਦੀ ਤਿਆਰੀ ਹੈ, ਜਦਕਿ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਜਿਹੜੇ ਮੌਜੂਦਾ ਸੰਸਦ ਨੇ ਅਤੇ ਉਹ ਚੋਣ ਮੈਦਾਨ 'ਚ ਬਾਦਲ ਪਰਿਵਾਰ ਦੇ ਨਾਲ ਆਹਮਣੇ ਸਾਹਮਣੇ ਕਰਨ ਦੀ ਕਹਿੰਦੇ ਤਿਆਰੀ ਹੈ? ਦੇਖੋ ਸਾਡੇ ਤਾਂ ਦੇਖੋ ਪਹਿਲੀ ਗੱਲ ਤਾਂ ਮੈਂ ਪਾਰਟੀ ਦੇ ਅਨੁਸ਼ਾਸਨ 'ਚ ਹਾਂ, ਦੂਸਰਾ ਸਾਨੂੰ ਜਿਹੜਾ ਵੀ ਕੈਂਡੀਡੇਟ ਦੇ ਦੇਣਗੇ ਸੈਂਟਰਲ ਪਾਰਲੀਮੈਂਟਰੀ ਬੋਰਡ, ਉਹ ਉੱਥੇ ਤਾਂ ਹੀ ਬੈਠੇ ਨੇ ਜੇ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਨੇ, ਅਤੇ ਅਸੀਂ ਤਾਂ ਸਾਡਾ ਤਾਂ ਸੈਨਾ ਦੀ ਤਰ੍ਹਾਂ ਕੰਮ ਹੁੰਦਾ, ਉਹਨਾਂ ਦਾ ਕੰਮ ਕਰਨਾ। ਜੇ ਆਹਮਣੇ ਸਾਹਮਣੇ ਹੁੰਦੇ ਆ, ਨਤੀਜਾ ਕੀ ਰਹੇਗਾ? ਨਤੀਜਾ ਬੀਜੇਪੀ ਦੇ ਹੱਕ 'ਚ ਰਹਿਣਾ ਜੀ, ਇਹ ਤੁਸੀਂ ਦੇਖ ਲੈਣਾ। ਇਸ ਵਾਰ ਇਹਨਾਂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਜੇ ਇੱਕ ਐਮ ਪੀ ਕੁਝ ਦਾ ਵੀ ਦਿੱਤਾ ਉੱਥੇ ਜਾ ਕੇ ਕੀ ਕਰੂ? 400 ਸੀਟਾਂ ਤਾਂ ਸਾਡੀਆਂ ਨੇ, ਉੱਥੇ ਸਿਰਾਂ ਦੀ ਗਿਣਤੀ ਹੁੰਦੀ ਆ, ਉਹ ਫਿਰ 400 ਸੀਟਾਂ ਦੀ ਗੱਲ ਕਰਦੇ ਹੋ। ਮੈਂ ਕੁਝ ਦਿਨ ਪਹਿਲਾਂ ਚੰਦੂ ਮਾਇਰਾ ਹੋਰਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ 400 ਭੁਲੇਖਾ ਕੱਢ ਦੇਣ, ਸਾਡੇ ਸਮਰਥਨ ਬਿਨਾਂ ਸਰਕਾਰ ਨਹੀਂ ਬਣਨੀ ਤੁਹਾਡੀ, ਜਿੱਥੇ ਮਰਜ਼ੀ ਭੱਜ ਲਓ। ਚੰਦੂ ਮਾਜਰੀ ਦੀਆਂ ਦੋ ਇੱਕ ਜਾਂ ਦੋ ਸੀਟਾਂ ਨਾਲ ਸਰਕਾਰ ਬਣੂਗੀ, ਇਹ ਠੀਕ ਆ? ਉਹਨਾਂ ਦਾ ਇਹ ਕਿੰਗ ਮੇਕਰ ਹੋਣਾ? ਨਹੀਂ, ਉਹਦਾ ਯਾਰ
ਬੇਚਾਰਾ ਬੰਦਾ ਬਹੁਤ ਵਧੀਆ, ਸਾਡਾ ਤਾਂ ਮਿੱਤਰ ਆ ਸਟੂਡੈਂਟ, ਉਹਦੇ 'ਚ ਅਸੀਂ ਇਕੱਠੇ ਰਹੇ, ਅਤੇ ਮੈਂ ਸਮਝਦਾ ਵੀ ਚੰਦੂ ਮਾਜਰੇ ਦੀ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ। ਜਿੱਦਾਂ ਸੁਖਵੀਰ ਇਸਟੈਬਲਿਸ਼ਡ ਲੀਡਰਸ਼ਿਪ ਨੂੰ ਅਪਮਾਨਿਤ ਕਰਦਾ, ਉਹ ਨਹੀਂ ਕਰਨਾ ਚਾਹੀਦਾ। ਚੰਦੂ ਮਾਜਰੇ ਦਾ ਸਤਿਕਾਰ ਹੋਣਾ ਚਾਹੀਦਾ, ਉਹ ਪਹਿਲਾਂ ਆਪਣਾ ਸਤਿਕਾਰ ਲੈ ਰਹਿਣ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਅਨੰਦਪੁਰ ਸਾਹਿਬ ਦੀ ਸੀਟ ਦੇਣਗੇ, ਅਤੇ ਉਹਨਾਂ ਨੂੰ ਸਾਡੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਸੀ। ਉੱਥੇ ਤਾਂ ਪਤਾ ਹੀ ਨਹੀਂ ਹੁੰਦਾ ਨਾ ਕਿਸ ਦਾ ਕੀ ਹੋ ਜਾਣਾ। ਚੱਲ ਤਾਂ ਨਹੀਂ ਰਹੀ ਕੋਈ ਗੱਲਬਾਤ ਕਿਸੇ ਹੋਰ ਨਾਲ? ਨਹੀਂ ਨਹੀਂ, ਗੱਲਾਂ ਬਾਤਾਂ ਬਹੁਤ ਨਾਲ ਚੱਲਦੀਆਂ ਨੇ, ਪਰ ਚੰਦੂ ਮਾਜ ਦਾ ਭਲਾ ਆਦਮੀ ਹੈ, ਲੀਡਰਸ਼ਿਪ ਆ ਉਹਦੀ। ਹੋਰ ਬੰਦੇ ਨਾਲ ਵੀ ਤੁਹਾਡੀ ਗੱਲਬਾਤ ਚੱਲ ਰਹੀ ਹੈ? ਜਿਹੜਾ ਆਉਣਾ ਚਾਹੂਗਾ, ਮੈਂ ਤਾਂ ਪਹਿਲਾਂ ਹੀ ਕਹਿਤਾ, ਦੇਸ਼ ਦਾ ਜਿਹੜਾ ਵੀ ਨਾਗਰਿਕ ਸਾਡੀ ਵਿਚਾਰਧਾਰਾ ਨੂੰ ਮੰਨ ਕੇ ਆਉਣਾ ਚਾਹੇ, ਸਾਡੇ ਲੀਡਰ ਨੂੰ ਮੰਨ ਕੇ ਆਉਣਾ ਚਾਹੇ, ਆ ਜਾਏ, ਸਤਿਕਾਰ ਕਰਾਂਗੇ, ਸਥਾਨ ਵੀ ਮਿਲੂਗਾ, ਸਨਮਾਨ ਵੀ ਮਿਲੂਗਾ, ਸਭ ਕੁਛ ਹੋਊਗਾ।